ਗੁਰਦਾਸਪੁਰ ਦੇ ਪਠਾਨਕੋਟ ਹਾਈਵੇ ਤੋਂ ਅਣਪਛਾਤੇ ਲੁਟੇਰਿਆਂ ਵੱਲੋਂ ਖੋਹੀ ਗਈ ਕਾਰ ਬੀਤੇ ਕੱਲ੍ਹ ਹੀ ਬਰਾਮਦ ਕਰ ਲੈਣ ਦੇ ਬਾਅਦ ਗੁਰਦਾਸਪੁਰ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਇਹ ਨਾ ਤਾਂ ਕੋਈ ਅੱਤਵਾਦੀ ਕਾਰਵਾਈ ਸੀ ਅਤੇ ਨਾ ਹੀ ਲੁਟੇਰੇ ਕਿਸੇ ਵੱਡੇ ਗੈਂਗ ਨਾਲ ਸੰਬੰਧ ਰੱਖਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਗੁਰਦਾਸਪੁਰ ਦੇ ਵਿੱਚ ਦੋ ਦਿਨ ਪਹਿਲਾਂ ਪਰਸੋਂ ਰਾਤੀ ਜੋ ਘਟਨਾ ਹੋਈ ਸੀ ਜਿਸ ਦੇ ਵਿੱਚ ਇੱਕ ਸਵਿਫਟ ਕਾਰ ਨੂੰ ਕੁਛ ਅਣਪਛਾਤੇ ਵਿਅਕਤੀ ਖੋ ਕੇ ਲੈ ਗਏ ਸੀਗੇ, ਉਸ ਕੇਸ ਦੇ ਵਿੱਚ ਪੁਲਿਸ ਨੇ ਬਹੁਤ ਹੀ ਤਰੀਕੇ ਨਾਲ ਆਪਣੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤਫਤੀਸ਼ ਕਰਦੇ ਹੋਏ ਮਤਲਬ ਦੋ ਦਿਨ ਦੇ ਅੰਦਰ ਅੰਦਰ ਇਸ ਕੇਸ ਨੂੰ ਕ੍ਰੈਕ ਕਰ ਲਿਆ ਅਤੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਦਾ ਮੇਨ ਮਕਸਦ ਸੀ ਕਾਰ ਨੂੰ ਖੋ ਕੇ ਲੈ ਜਾਣਾ ਅਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਬਰਦਾਸ਼ਤ ਕੀਤੀ ਸੀ ਕਿ ਕਾਫੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀਗੀ ਅਤੇ ਪੁਲਿਸ ਵੀ ਇਸ ਜ਼ਿਲ੍ਹੇ ਦੀ ਵੀ ਪੁਲਿਸ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਰੈੱਡ ਅਲਰਟ ਹੋ ਗਿਆ ਸੀ ਅਤੇ ਅਸੀਂ ਬਹੁਤ ਹੀ ਤਰੀਕੇ ਦੇ ਨਾਲ ਮਤਲਬ ਇਹਨਾਂ ਨੂੰ ਮਤਲਬ ਘੇਰਾ ਪਾ ਕੇ ਇਹਨਾਂ ਨੂੰ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣ ਨਹੀਂ ਦਿੱਤਾ ਕਿਉਂਕਿ ਗੱਡੀ ਪਹਿਲਾਂ ਇਹ ਛੱਡ ਕੇ ਚਲੇ ਗਏ ਸੀਗੇ ਕਿਉਂਕਿ ਨਾਕਾਬੰਦੀ ਬਹੁਤ ਜ਼ਿਆਦਾ ਹੋ ਗਈ ਸੀ ਅਤੇ ਇਹ ਵੀ ਪੰਜਾਬ ਤੋਂ ਬਾਹਰ ਜਾਣ ਦੇ ਫਿਰਾਕ ਦੇ ਵਿੱਚ ਸੀਗੇ। ਇਸ ਤੋਂ ਪਹਿਲਾਂ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਨਹੀਂ, ਇਸ ਤੋਂ ਪਹਿਲਾਂ ਕੋਈ ਇਹਨਾਂ ਦੀ ਮਤਲਬ ਟੈਰਿਸਟ ਗਤੀਵਿਧੀ ਇਹਨਾਂ ਦੀ ਨਹੀਂ ਹੈ, ਨਾ ਹੀ ਮਤਲਬ ਉਸ ਤਰੀਕੇ ਮਤਲਬ ਉਹਦੇ ਵਿੱਚ ਕੋਈ ਅਸੀਂ ਸੰਦੇਹ ਕਰਦੇ ਹਾਂ ਕਿ ਕੋਈ ਇਸ ਤਰ੍ਹਾਂ ਦੀ ਗਤੀਵਿਧੀ। ਅਤੇ ਤਿੰਨ ਆਦਮੀ ਸੀਗੇ, ਦੋ ਦੀ ਗ੍ਰਿਫਤਾਰੀ ਹੋ ਗਈ ਹੈ, ਤੀਸਰੇ ਦੀ ਗ੍ਰਿਫਤਾਰੀ ਅਸੀਂ ਕਰਾਂਗੇ। ਇਹ ਜੀ ਇਹ ਤਾਂ ਝਬਾਲ ਦਾ ਰਹਿਣ ਵਾਲਾ ਹੈ, ਉੱਥੇ ਖੇਤੀ ਗ੍ਰਹਿਸਥੀ ਦਾ ਕੰਮ ਹੈ ਅਤੇ ਇੱਥੇ ਇੱਕ ਮੋਬਾਈਲ ਫੋਨ ਕੰਪਨੀ ਦੇ ਨਾਲ ਇਹਨੇ ਆਪਣੀ ਗੱਡੀ ਮਤਲਬ ਠੇਕੇ 'ਤੇ ਲਗਾ ਕੇ ਇੱਥੇ ਮਤਲਬ ਗੱਡੀ ਉੱਥੇ ਲਗਾ ਕੇ ਆਪਣਾ ਕੰਮ ਕਰਦਾ ਸੀ। ਪਹਿਲਾਂ ਮਤਲਬ ਛੋਟੇ ਮੋਟੇ ਵਾਰਦਾਤਾਂ ਵਿੱਚ ਦੇ ਵਿੱਚ ਸ਼ਾਮਿਲ ਰਹੇ ਨੇ, ਲੇਕਿਨ ਕਿਸੇ ਵੱਡੀ ਵਾਰਦਾਤ ਦੇ ਵਿੱਚ ਇਹਨਾਂ ਦਾ ਨਾਂ ਨਹੀਂ ਹੈ। ਦੋਸਤਪੁਰ ਜੋ ਦੂਜਾ ਐਕਿਊਜ਼ਡ ਹੈ ਉਹਦਾ ਪਿੰਡ ਦੋਸਤਪੁਰ ਦੇ ਨੇੜੇ ਹੈ, ਜੋੜਾ ਖੁਰਦ ਪਿੰਡ ਹੈ, ਇਸ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਧਰ ਚਲੇ ਜਾਣਗੇ ਤਾਂ ਇਹਨਾਂ ਨੂੰ ਮਤਲਬ ਕਾਰ ਨੂੰ ਛੁਪਾਉਣ ਦੇ ਵਿੱਚ ਅਤੇ ਰਾਤ ਉੱਥੇ ਰੁਕਣ ਦੇ ਵਿੱਚ, ਕਿਉਂਕਿ ਇੱਧਰ ਨਾਕੇ ਲੱਗੇ ਹੋਏ ਸੀਗੇ, ਪਠਾਨਕੋਟ ਸਾਈਡ ਵੀ ਇੱਧਰ ਹੁਸ਼ਿਆਰਪੁਰ ਵਾਲੀ ਮੁਕਰੀਆਂ ਸੜਕ 'ਤੇ ਵੀ ਨਾਕੇ ਲੱਗੇ ਹੋਏ ਸੀਗੇ। ਇਸ ਕਰਕੇ ਮਤਲਬ ਆਪਣੇ ਸੌਫਟ ਜ਼ੋਨ ਦੇ ਵਿੱਚ ਗਏ ਕਿ ਇਹਨਾਂ ਨੂੰ ਇਹ ਸੀਗਾ ਕਿ ਉੱਧਰ ਜਾਣਗੇ, ਰਾਤ ਉੱਧਰ ਗੁਜ਼ਾਰ ਕੇ ਫਿਰ ਜਦੋਂ ਪੁਲਿਸ ਥੋੜ੍ਹੀ ਸੀ 4-5 ਵਜੇ ਦੇ ਕਰੀਬ ਜਦੋਂ ਪੁਲਿਸ ਇਹਨਾਂ ਨੂੰ ਇਹੀ ਹੈ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਪੁਲਿਸ ਜਦੋਂ ਢਿੱਲੀ ਪੈ ਜਾਏਗੀ ਉਦੋਂ ਇਹ ਭੱਜ ਜਾਣਗੇ, ਲੇਕਿਨ ਇਸ ਤਰ੍ਹਾਂ ਦਾ ਹੋਇਆ ਨਹੀਂ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬ ਟੂਡੇ।